ਉਹ ショ ਹਨੇਰੇ ਘਰ ਵੱਲ ਚੋਰ ਆਕਰਸ਼ਿਤ ਹੁੰਦੇ ਹਨ ਘਰ 'ਚ ਦੀਵਾ ਬਲਦਾ ਹੋਵੇ ਤਾਂ ਚੋਰ ਉਸ ਘਰ ਤੋਂ ਬਚ ਕੇ ਨਿਕਲਦੇ ਹਨ ਜਿਸ ਘਰ ਉੱਤੇ ਕੋਈ ਪਹਿਰਾ ਨਹੀਂ ਹੈ ਚੋਰ ਲੁਟੇਰੇ ਡਾਕੂ ਖਤਿਆਰੇ ਉਸ ਪਾਸੇ ਆਉਂਦੇ ਹਨ ਜਿਸ ਘਰ ਉੱਤੇ ਪਹਿਰੇਦਾਰ ਹਨ ਉਸ ਤੋਂ ਜ਼ਰਾ ਦੂਰ ਹੀ ਰਹਿੰਦੇ ਹਨ ਅੰਦਰ ਦੀਵਾ ਬਲਦਾ ਹੋਵੇ ਸੁਰਤ ਦਾ ਚੌਕੀਦਾਰ ਖਲੋਤਾ ਹੋਵੇ ਤਾਂ ਤੁਹਾਡੇ ਅੰਦਰ ਕੋਈ ਔਕੜ ਨਹੀਂ ਆਉਂਦੀ ਨਹੀਂ ਤਾਂ ਸਾਰੀਆਂ ਮੁਸੀਬਤਾਂ ਆਉਂਦੀਆਂ ਹਨ ਇੱਕ ਦਿਨ ਸਵੇਰੇ ਸਵੇਰੇ ਮੁੱਲਾ ਨਸਰੂਦੀਨ ਨੇ ਮੈਨੂੰ ਆ ਕੇ ਕਿਹਾ ਵੀ ਹੁਣ ਕੁਝ ਕਰਨਾ ਹੀ ਪਵੇਗਾ ਮੈਂ ਬਹੁਤ ਪਰੇਸ਼ਾਨ ਆ ਤੇ ਇੱਕ ਚਿੱਠੀ ਮੇਰੇ ਹੱਥ ਚ ਦਿੱਤੀ ਕਿਸੇ ਦਾ ਖਤ ਸੀ ਜਿਸ 'ਚ ਲਿਖਿਆ ਸੀ ਕਿ ਨਸੂਦੀਨ ਜੇਕਰ ਤੂੰ ਮੇਰੀ ਇਸਤਰੀ ਦਾ ਪਿੱਛਾ ਕਰਨਾ ਬੰਦ ਨਹੀਂ ਕੀਤਾ ਤਾਂ ਤਿੰਨ ਦਿਨਾਂ ਦੇ ਅੰਦਰ ਗੋਲੀ ਮਾਰ ਦੇਵਾਂਗਾ ਨਸਰੂਦੀਨ ਨੇ ਕਿਹਾ ਬੋਲੋ ਕੀ ਕਰੀਏ ਮੈਂ ਕਿਹਾ ਇਹਦੇ ਜੇਨੀ ਉਲਝਣ ਦੀ ਕੀ ਗੱਲ ਐ ਇਸ ਇਸਤਰੀ ਦਾ ਪਿੱਛਾ ਕਰਨਾ ਬੰਦ ਕਰ ਦੇ ਨਸੂ ਦੇ ਨੇ ਕਿੱਕੀ ਦੀ स्त्री ਦਾ ਪਿੱਛਾ ਕਰਨਾ ਬੰਦ ਕਰ ਦੇ ਆ ਨਾ ਤਾਂ ਲਿਖਿਆ ਹੀ ਨਹੀਂ ਹੁਣ ਕੋਈ ਇੱਕ ਇਸਤਰੀ ਹੋਵੇ ਤਾਂ ਪਿੱਛਾ ਬੰਦ ਕਰ ਦੇ ਇੱਕ ਔਕੜ ਹੋਵੇ ਤਾਂ ਮਿਟਾ ਦਿਓ ਔਕੜਾਂ ਅਨੰਤ ਹਨ ਅਨੰਤ ਇਸਤਰੀਆਂ ਦਾ ਪਿੱਛਾ ਹੋ ਰਿਹਾ ਅਨੰਤ ਕਾਮਨਾਵਾਂ ਹਨ ਇੱਕ ਨੂੰ ਮਿਟਾਓ 10 ਖਲ ਹੋ ਜਾਂਦੀਆਂ ਹਨ ਇੱਕ ਤੋਂ ਬਚੋ 10 ਖੜੀਆਂ ਹੋ ਜਾਂਦੀਆਂ ਹਨ ਜੇਕਰ ਤੁਸੀਂ ਇਵੇਂ ਇੱਕ ਇੱਕ ਨਾਲ ਉਲਝਦੇ ਰਹੇ ਤਾਂ ਤੁਸੀਂ ਕਦੇ ਵੀ ਪਾਰ ਨਹੀਂ ਜਾ ਸਕੋਗੇ ਕੁਝ ਵਿਧੀ ਚਾਹੀਦੀ ਹੈ ਜਿਹੜੀ ਇਕੱਲੀ ਸਾਰੀਆਂ ਔਕੜਾਂ ਦਾ ਅੰਤ ਕਰ ਦੇ ਉਹੀ ਵਿਧੀ ਜਿਹੜੀ ਜਿਹੜਾ ਦੱਸ ਦੇਵੇ ਉਹ ਗੁਰੂ ਇਹੀ ਗੁਰੂ ਜਿਹੜਾ ਸਮਝਾ ਦੇਵੇ ਉਹ ਗੁਰੂ ਧੰਨਵਾਦ